ਸਾਰੇ ਹੀ ਸਤਿਕਾਰ ਜੋ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਫਰਬਰੀ ਦਾ ਮਹੀਨਾ ਚੜ ਚੁੱਕਿਆ 3 ਫਰਬਰੀ 2023 ਤੇ ਭਰਾਵਾਂ ਦੇ ਮੈਸੇਜ ਫੋਨ ਆਉਂਦੇ ਸੀਗੇ ਵੀ ਜਿਹੜਾ ਇਹ ਆਪਾਂ ਸਬਜ਼ੀਆਂ ਉੱਪਰ ਲਫਾਫਾ ਤਾਣਿਆ ਸੀਗਾ ਵੀ ਇਸ ਨੂੰ ਅਸੀਂ ਲਾ ਦਈਏ ਕਿ ਕਿਸ ਤਰ੍ਹਾਂ ਕਰੀਏ ਕਿਸਾਨ ਵੀਰੋ ਜਿਹੜਾ ਦਿਨ ਦਾ ਟੈਂਪਰੇਚਰ ਆ ਜਿਆਦਾ ਧੁੱਪ ਹੁੰਦੀ ਹੈ ਇਹ ਬਹੁਤ ਹਾਈ ਹੁੰਦਾ ਹੈ ਕਿਉਂਕਿ ਹੁਣ ਧੁੱਪ ਦਾ ਸੇਕ ਬਹੁਤ ਜ਼ਿਆਦਾ ਹੁੰਦਾਗਾ ਤੇ ਕਿਉਂਕਿ ਜਿਹੜਾ ਇਹ ਹੁਣ ਲਫਾਫਾ ਜਦੋਂ ਇਹ ਦਿਨ ਬਲੇ ਇਸ ਤਰ੍ਹਾਂ ਮਿਰਚਾਂ ਦੇ ਪੱਤਿਆਂ ਦੇ ਨਾਲ ਲੱਗ ਗਿਆ ਤਾਂ ਇਹਨੇ ਕਰੁੰਬਲਾ ਸਾੜ ਦਿੰਨੇ ਉਹਨਾਂ ਉੱਤੋਂ ਜਿਹੜੀਆਂ ਕੱਚੀਆਂ ਕਰੁੰਬਲਾ ਹੁੰਦੀਆਂ ਨੇ ਮੇਰੇ ਕਿਸਾਨ ਵੀਰ ਜਰੂਰ ਗੌਰ ਰੱਖਣ ਤੇ ਦਿਨ ਵੇਲੇ ਮੇਰੇ ਕਿਸਾਨ ਵੀਰ ਇਸ ਨੂੰ ਕਾਗਜ਼ ਨੂੰ ਲਾ ਕੇ ਇਸ ਤਰ੍ਹਾਂ ਸਾੜ ਤੇ ਕਰ ਸਕਦੇ ਆ ਉਹ ਮੇਰੇ ਕਿਸਾਨ ਵੀਰਾਂ ਦੀ ਹਿੰਮਤ ਆ ਵੀ ਦਿਨ ਵੇਲੇ ਇਹਨੂੰ ਲਾਤਾ ਤੇ ਸ਼ਾਮ ਨੂੰ ਇਸ ਤਰ੍ਹਾਂ ਵੀ ਦੱਬਿਓਣਾ ਤੁਸੀਂ ਕਾਗਜ਼ ਇਸ ਤਰ੍ਹਾਂ ਹਲਕਾ ਹਲਕਾ ਆਦੀ ਮਿਰਚ ਦੇ ਪਰ ਇਸ ਤਰ੍ਹਾਂ ਖਿੱਚਤਾ ਵੀ ਉੱਤੇ ਤਾਣਿਆ ਰਵੇ ਸ਼ਾਮ ਨੂੰ ਇਸ ਤਰ੍ਹਾਂ ਕਿਉਂਕਿ ਕੋਰੇ ਦਾ ਕੋਈ ਪਤਾ ਨਹੀਂ ਕਦੋਂ ਪੈ ਜੇ 15 ਫਰਵਰੀ ਤੱਕ ਕੋਰਾ ਪੈ ਜਾਂਦਾ ਹੁੰਦਾ ਕਈ ਵਾਰ ਫੱਗਣ ਮਹੀਨੇ ਦੇ ਵਿੱਚ ਵੀ ਕੋਰਾ ਪਿਆ ਕੋਰੇ ਨੇ ਮਿਰਚਾਂ ਮਾਰੀਆਂ ਨੇ वैसे ਹੁਣ ਠੰਡ ਠੀਕ ਹੁੰਦੀ ਆ ਕੋਈ ਜ਼ਿਆਦਾ ਠੰਡ ਨਹੀਂ ਹੁੰਦੀ ਪਰ ਕੋਰੇ ਤੋਂ ਆਪਾਂ ਨੂੰ ਵਿਚਾਰ ਰੱਖਣਾ ਚਾਹੀਦਾ 15 ਤਰੀਕ ਤੱਕ ਤੁਸੀਂ ਜੇ ਕਾਗਜ਼ ਦਿਨ ਬਲੇ ਤਾਂ ਇਸ ਤਰ੍ਹਾਂ ਇਹਨੂੰ ਸਾਈਡ ਤੇ ਕਰਦਿਆ ਕਰੋ ਤੇ ਰਾਤ ਨੂੰ ਹਲਕਾ ਹਲਕਾ ਇਸ ਤਰ੍ਹਾਂ ਦੱਬਾ ਦਵਾਈ ਕਾਗਜ਼ ਦੀ ਨਾ ਕਰਿਓ ਇਸ ਤਰ੍ਹਾਂ ਬਸ ਖਿੱਚ ਕੇ ਉੱਪਰ ਕੱਲਾ ਸਾਰੀਆਂ ਮਿਰਚਾਂ ਦੇ ਜਾਂ ਛੋਡੇ ਕੋਲੇ ਕੋਈ ਵੀ ਕਾਗਜ਼ ਵਾਲੀ ਸਬਜ਼ੀ ਲੱਗੇ ਤਾਂ ਇਸ ਤਰ੍ਹਾਂ ਕਰਦਿਆ ਕਰੋ ਤੇ ਦਿਨ ਬਲੇ ਇਹਨੂੰ ਲਾਦਿਆ ਕਰੋ ਕਿਉਂਕਿ ਇਹ ਜੇ ਇਥੋਂ ਨਾ ਲੱਗਦਾ ਛੋਡੀਆਂ ਮਿਰਚਾਂ ਦੇ ਤਾਂ ਇਹ ਪੱਤੇ ਇਥੋਂ ਮਚਾਊਗਾ ਤੋਂ ਧੁੱਪ ਤੇਜ ਹੋਣ ਕਾਰਨ ਤੇ ਫਾਲਤੇ ਵੀ ਅਸਰ ਪੈਂਦਾ ਜੇ ਤੁਸੀਂ ਕਾਗਜ਼ ਤਾਣੇ ਤੋਂ ਇੱਥੇ ਡੀ ਏ ਪੀ ਜਾਂ ਕੋਈ ਮੰਨ ਜ਼ਿਆਦਾ ਜ਼ੂਰੀਆ ਦੀ ਡੋਜ਼ ਲਾਤੀ ਤਾਂ ਹੁਣ ਧੁੱਪ ਤੇਜ ਹੋਣ ਕਰ ਨੂੰ ਤੁਹਾਡੇ ਬੂਟਿਆਂ ਦਾ ਨੁਕਸਾਨ ਵੀ ਕਰ ਸਕਦੀ ਆ ਕਿਉਂਕਿ ਉਹਨੂੰ ਡਬਲ ਹੀਟ ਮਿਲ ਜਾਣੀ ਐ ਥੱਲੋਂ ਵੀ ਹੀਟ ਮਿਲ ਜਾਣੀ ਉੱਪਰੋਂ ਕਾਗਜ਼ ਦੀ ਹੀਟ ਮਿਲ ਜਾਣੀ ਆ ਜਰੂਰ ਮੇਰੇ ਭਰਾ ਖਿਆਲ ਰੱਖਣ ਤੇ 20 ਫਰਵਰੀ ਦੇ ਆਸੇ ਪਾਸੇ ਆਪਾਂ ਕਾਗਜ਼ ਨੂੰ ਪੱਟ ਕੇ ਬਾਹਰ ਕੱਢ ਦਾਂਗੇ ਉਨਾ ਚਿਰ ਤੁਸੀਂ ਕਾਗਜ਼ ਨੂੰ ਸਾਈਡ ਤੇ ਰੱਖ ਸਕਦੇ ਹੋ ਜੇ ਤੁਹਾਨੂੰ ਕੋਰੇ ਤੇ ਚਾਂਸ ਵੱਧ ਦੇ ਨਜ਼ਰ ਆਉਂਦੇ ਨੇ ਤਾਂ ਤੁਸੀਂ ਇਸ ਨੂੰ ਰਾਤ ਨੂੰ ਜਰੂਰ ਇਸ ਤਰ੍ਹਾਂ ਤਾਣ ਸਕਦੇ ਹੋ ਤੇ ਉਹ ਮੇਰੇ ਭਰਾ ਹਿੰਮਤ ਕਰਨ ਵੀ ਦਿਨ ਵੇਲੇ ਤੁਸੀਂ ਇਹਨੂੰ ਲਾ ਸਕਦੇ ਹੋ ਦਿਨ ਵੇਲੇ ਮਿਰਚਾਂ ਨੂੰ ਐ ਖੁੱਲੀ ਹਵਾ ਲੱਗਣ ਦਿਓ ਖੁੱਲੀ ਧੁੱਪ ਲੱਗਣ ਦਿਓ ਤੇ ਕਿਉਂਕਿ ਧੁੱਪ ਹੁਣ ਸਖਤ ਹੁੰਦੀ ਹੈ ਇਹੀ ਅੱਜ ਆਪਾਂ ਭਰਾਵਾਂ ਨਾਲ ਵਿਚਾਰ ਸਾਂਝਾ ਕਰਨਾ ਸੀ ਫਰਬਰੀ ਦਾ ਮਹੀਨਾ ਚੜ ਚੁੱਕਿਆ ਹੈਗਾ ਤੇ 20 ਫਰਬਰੀ ਦੇ ਆਸੇ-ਪਾਸੇ ਦਾ ਕਾਗਜ਼ ਆਪਾਂ ਪੱਟ ਕੇ ਬਾਹਰ ਮਾਰਾਂਗੇ ਰਾਤ ਨੂੰ ਲੈ ਵੀ ਜਾਂਦਾ ਕਾਗਜ਼ ਕਿਉਂਕਿ ਜਿਹੜੀ ਹਵਾ ਤੇਜ਼ ਚੱਲਦੀ ਆ ਆਪਾਂ ਦੱਬਿਆ ਨਹੀਂ ਹੁੰਦਾ ਕਾਗਜ਼ ਕਈ ਵਾਰੀ ਇਸ ਤਰ੍ਹਾਂ ਹੀ ਪਿਆ ਹੁੰਦਾ ਹੈਗਾ ਤੇ ਉਹ ਰਾਤ ਨੂੰ ਹਵਾ ਲਾ ਵੀ ਦਿੰਦੀ ਆ ਹੁਣ ਵੈਸੇ ਨੂੰ ਠੰਡ ਨਾਲ ਕੁਝ ਨਹੀਂ ਹੁੰਦਾ ਪਰ ਇਹਨੂੰ ਮਾਰਦਾਗਾ ਕੋਰਾ ਉਹ ਮੇਰੇ ਭਰਾ ਜਰੂਰ ਆਪਦਾ ਖਿਆਲ ਰੱਖਿਓ ਤੁਸੀਂ ਵੀ ਦਿਨੇ ਕਾਗਜ਼ ਨੂੰ ਸਾਈਡ ਤੇ ਇਹ ਕਰਦਿਆ ਕਰੋ ਇਸ ਤਰ੍ਹਾਂ ਤੇ ਰਾਤ ਨੂੰ ਹਲਕਾ ਹਲਕਾ ਉੱਪਰ ਕਰਤਾ ਹੁਣ ਜਿਵੇਂ ਫਰੂਟ ਤੇ ਆ ਗਈ ਮਿਰਚ ਇਹ ਸੈਮੀਨਸ ਦੀ ਹੰਟਿੰਗ ਟਾਣਾ ਤੇ ਇਸ ਤਰ੍ਹਾਂ ਹੁਣ ਅਸੀਂ ਇਹ ਸਾਰਾ ਕਾਗਜ਼ ਲਿਹਾ ਹੋਇਆ ਪਰ 5 ਵਜੇ ਲੱਗ ਕੇ ਇਹਨੂੰ ਸਾਰੇ ਨੂੰ ਇਸ ਤਰ੍ਹਾਂ ਕੋਈ ਦੱਬਾ ਦਬਾਈ ਨਹੀਂ ਕਰਦੇ ਇਸ ਤਰ੍ਹਾਂ ਉੱਪਰ ਕਰ ਦਾਂਗੇ ਸਾਰੀ ਮਿਰਚ ਦੇ ਇਹ ਇਸ ਤਰ੍ਹਾਂ ਤੇ ਤੁਸੀਂ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਮੇਰਾ ਵੀ 10 ਫਰਵਰੀ ਨੂੰ ਲਾਹ ਹੁੰਦਾ ਹੈ ਕੋਈ 15 ਨੂੰ ਲਾਹ ਹੁੰਦਾ ਹੈ ਹਨਾ ਤੇ ਕੋਈ ਵੀ ਜਦੋਂ ਆਪਾਂ ਇੰਨਾ ਚਿਰ ਕਾਗਜ਼ ਰੱਖ ਲਿਆ ਤਾਂ 10-15 ਦਿਨ ਹੋਰ ਕਾਗਜ਼ ਖੜਾ ਰਹਿਣ ਦਿਓ ਤਾਂ ਕਿ ਕੁਦਰਤ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਕੀ ਹੋ ਜਾਏ ਜਿੰਨਾ ਆਪਣੇ ਤੋਂ ਬਚਾ ਹੁਣਾ ਓਨੇ ਹੀ ਹੈ ਓਨੇ ਹੀ ਠੀਕ ਹੈ ਉਹਨਾਂ ਚਿਰ ਇਹਨੂੰ ਇਸ ਤਰ੍ਹਾਂ ਸਾਈਡ ਤੇ ਪਿਆ ਰਹਿਣ ਦਿਓ ਰਾਤ ਵੇਲੇ ਨੂੰ ਇੱਥੇ ਤਾਣ ਦਿਆ ਕਰੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ